ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਟਵਾਰੀ ਦੇ ਲਈ ਐਸਐਸ ਬੋਰਡ ਨੂੰ ਭਰਤੀ ਕਰਨ ਦੇ ਲਈ ਮਨਜ਼ੂਰੀ ਮਿਲ ਗਈ ਹੈ ਇਸ ਦੇ ਲਈ ਸਾਨੂੰ ਇਸ ਦੀ ਭਰਤੀ ਜਿਹੜੀ ਬਹੁਤ ਜਲਦੀ ਦੇਖਣ ਨੂੰ ਮਿਲੇਗੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਦੇ ਕੁਝ ਪ੍ਰੀਵੀਅਸ ਪੇਪਰਾਂ ਵਿੱਚ ਆਏ ਕੁਐਸਚਨਰ ਕਰਵਾਵਾਂਗੇ ਜੇਕਰ ਤੁਸੀਂ ਪੰਜਾਬ ਪਟਵਾਰੀ ਦੇ ਭਰਤੀ ਸੰਬੰਧੀ ਬੁੱਕਸ ਲੈਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਹੋਏ ਹਨ ਤੁਸੀਂ ਉੱਥੋਂ ਜਾ ਕੇ ਉਹ ਪਰਚੇਸ ਕਰ ਸਕਦੇ ਹੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪਿਛਲੇ ਪੇਪਰਾਂ ਵਿੱਚ ਆਏ ਜੀਕੇ ਕੰਪਿਊਟਰ ਤੇ এনवायरमेंट ਦੇ ਕੁਐਸਚਨ ਕਰਵਾਵਾਂਗਾ ਅਤੇ ਪਿਛਲੇ ਪੇਪਰਾਂ ਵਿੱਚ ਆਏ ਮੈਥ ਅਕਾਊਂਟਸ ਤੇ ਮੈਨੇਜਰੇਸ਼ਨ ਦੇ ਕੁਐਸਚਨ ਅਸੀਂ ਤੁਹਾਨੂੰ ਅਗਲੀ ਵੀਡੀਓਜ਼ ਵਿੱਚ ਕਰਵਾਵਾਂਗੇ ਅਸੀਂ ਪਟਵਾਰੀ ਦੀ ਭਰਤੀ ਲਈ ਇੱਕ ਸਪੈਸ਼ਲ ਫ੍ਰੀ ਕੋਰਸ ਸ਼ੁਰੂ ਕਰ ਰਹੇ ਹਾਂ ਜਿਸ ਵਿੱਚ ਤੁਹਾਡਾ ਮੈਥ ਅਕਾਊਂਟਸ ਤੇ ਮੈਨੇਜਰੇਸ਼ਨ ਦੇ ਸਾਰੇ ਟਾਪਿਕ ਹੈ ਉਹ ਕਵਰ ਹੋਣਗੇ ਉਹਨਾਂ ਵਿੱਚ ਹੀ ਅਸੀਂ ਤੁਹਾਨੂੰ ਪ੍ਰੀਵਿਅਸ ਈਅਰ ਦੇ ਕੁਐਸਚਨ ਵੀ ਕਰਵਾਵਾਂਗੇ ਇਸ ਲਈ ਜੇਕਰ ਤੁਸੀਂ ਪੰਜਾਬ ਪਟਵਾਰੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਹਿਲਾ ਆਈਕਨ ਨੂੰ ਜੁੜ ਦਵਾ ਲਿਓ ਤਾਂ ਕਿ ਇਸ ਵੰਦੀ ਆਉਣ ਵਾਲੀ ਕਿਸੇ ਵੀ ਵੀਡੀਓ ਤੋਂ ਤੁਸੀਂ ਵਾਂਝੇ ਨਾ ਰਹਿ ਜਾਓ ਇਸ ਵੰਦੀ ਹੋਰ ਇਨਫੋਰਮੇਸ਼ਨ ਲਈ ਤੁਸੀਂ ਸਾਡੇ ਚੈਨਲ ਟੈਲੀਗ੍ਰam ਅਤੇ ਇੰਸਟਾਗ੍ਰam ਜੁਆਇਨ ਕਰ ਸਕਦੇ ਹੋ ਜਿਨ੍ਹਾਂ ਦੇ ਕਿ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਚਲੋ ਹੁਣ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਚੈਨ ਨੰਬਰ 1 ਹੂ ਇਜ਼ ਦਾ ਆਥਰ ਆਫ ਟੇਲ ਆਫ ਟੂ ਸਿਟੀਜ਼ ਟੇਲ ਆਫ ਟੂ ਸਿਟੀਜ਼ ਦਾ ਲੇਖਕ ਕੌਣ ਹੈ ਦੋਸਤੋ ਇਸ ਦਾ ਆਨਸਰ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਇਹ ਆਪਾਂ ਪੇਪਰ ਕਰ ਰਹੇ ਹਾਂ ਇਹ ਪੰਜਾਬ ਪੁਲਿਸ ਸੀਆਈਡੀ ਦਾ ਸਬ ਇੰਸਪੈਕਟਰ ਦਾ ਪੇਪਰ ਹੈ ਜਿਹੜਾ ਕਿ 2016 ਦੇ ਇਗਜ਼ਾਮ ਵਿੱਚ ਆਇਆ ਸੀ ਇਸ ਪੇਪਰ ਨਾਲ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਸੀਆਈਡੀ ਦੇ ਸਬ ਇੰਸਪੈਕਟਰ ਵਿੱਚ ਕਿਸ-ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ ਤੁਸੀਂ ਉਸ ਉਧਾਰ ਤੇ ਆਪਣੀ ਤਿਆਰੀ ਕਰ ਸਕਦੇ ਹੋ ਇਸ ਦੇ ਆਪਸ਼ਨ ਹਨ ਨੰਬਰ 1 ਚਾਰਲਸ ਡਿਕਨਸ ਨੰਬਰ 2 ਲਿਓ ਟਾਲਸਟਾਈ ਨੰਬਰ 3 ਮਾਰਕ ਟਵੈਨ ਨੰਬਰ 4 ਜੇਨ ਆਸਟਨ ਮੇਰੇ ਆਨਸਰ ਦੱਸਣ ਤੋਂ ਪਹਿਲਾਂ ਤੁਸੀਂ ਹਰੇਕ ਕੁਐਸਚਨ ਦਾ ਆਨਸਰ ਵੀਡੀਓ ਨੂੰ ਪਾਉਜ਼ ਕਰਕੇ ਪਹਿਲਾਂ ਖੁਦ ਦੱਸਣਾ ਹੈ ਦੇਖਦੇ ਹਾਂ ਕਿੰਨਿਆਂ ਨੂੰ ਪਹਿਲਾਂ ਹੀ ਸਾਰੇ ਕੁਐਸਚਨ ਆਉਂਦੇ ਸੀ ਦੋਸਤੋ ਇਸ ਦਾ ਸਹੀ ਉੱਤਰ ਹੈ ਚਾਰਲਸ ਡਿਕਨਸ ਟੇਲ ਆਫ ਟੂ ਸਿਟੀ ਦਾ ਲੇਖਕ ਹੈ ਜਿਹੜਾ ਉਹ ਹੈ ਚਾਰਲਸ ਡਿਕਨਸ ਇਸ ਦੇ ਬਾਰੇ ਆਪਾਂ ਕੁਝ ਹੋਰ ਇੰਟਰਸਟਿੰਗ ਫੈਕਟ ਜਾਣ ਲੈਣੇ ਆ ਕਿਉਂਕਿ ਅਗਲੇ ਇਗਜ਼ਾਮ ਵਿੱਚ ਕਈ ਵਾਰੀ ਇਸ ਦੇ ਨਾਲ ਮਿਲਦੇ ਜੁਲਦੇ ਹੀ ਕੁਐਸਚਨ ਆ ਜਾਂਦੇ ਹਨ ਜਿਵੇਂ ਕਿ ਇਹ 1859 ਵਿੱਚ ਲਿਖੀ ਗਈ ਸੀ ਅਤੇ ਇਹ ਇੱਕ ਹਿਸਟੋਰੀਕਲ ਨਾਵਲ ਹੈ ਜਿਸ ਵਿੱਚ ਲੰਡਨ ਅਤੇ ਪੈਰਿਸ ਦਾ ਜ਼ਿਕਰ ਫ੍ਰੈਂਚ ਰੈਵੋਲੂਸ਼ਨ ਦੇ ਦੌਰਾਨ ਅਤੇ ਉਸ ਤੋਂ ਪਹਿਲਾਂ ਦਾ ਜ਼ਿਕਰ ਕੀਤਾ ਗਿਆ ਹੈ। ਕੁਐਸਚਨ ਨੰਬਰ 2 ਨੈਸ਼ਨਲ ਸਪੋਰਟਸ ਡੇ ਇਜ਼ सेलिब्रेटेड ਔਨ ਦਾ ਬਰਥਡੇ ਆਫ ਵਿਚ ਫੇਮਸ ਪਰਸਨੈਲਿਟੀ? ਰਾਸ਼ਟਰੀ ਖੇਡ ਦਿਵਸ ਕਿਸ ਮਹਾਨ ਸ਼ਖਸੀਅਤ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ? ਇਸ ਦੇ ਆਪਸ਼ਨਸ ਹਨ ਨੰਬਰ 1 ਮਿਲਖਾ ਸਿੰਘ, ਨੰਬਰ 2 ਦਲੀਪ ਸਿੰਘ ਜੀ, ਨੰਬਰ 3 ਧਿਆਨ ਚੰਦ ਜਾਂ ਨੰਬਰ 4 ਚੰਨੀ ਗੋਸਵਾਮੀ। ਦੱਸੋ ਦੋਸਤੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਧਿਆਨ ਚੰਦ ਹੈ অপਸ਼ਨ ਨੰਬਰ 3 ਧਿਆਨ ਚੰਦ ਧਿਆਨ ਚੰਦ ਜੀ ਦੇ ਨਾਮ ਉੱਤੇ ਇਹ ਰਾਸ਼ਟਰੀ ਖੇਡ ਦਿਵਸ 29 ਅਗਸਤ ਨੂੰ ਮਨਾਇਆ ਜਾਂਦਾ ਹੈ ਧਿਆਨ ਚੰਦ ਜੀ ਨੂੰ ਹਾਕੀ ਦਾ ਲੈਜੈਂਡ ਅਤੇ ਜਾਦੂਗਰ ਵੀ ਕਿਹਾ ਜਾਂਦਾ ਹੈ ਧਿਆਨ ਚੰਦ ਨੇ ਆਪਣੇ ਪੂਰੇ ਖੇਡ ਸਮੇਂ ਦੌਰਾਨ ਹਾਕੀ ਦੇ 3 올림픽 골ਡ ਮੈਡਲ ਜਿੱਤੇ ਹਨ ਕੁਐਸਚਨ ਨੰਬਰ 3 ਹੂ ਵਾਸ ਦਾ ਫਰਸਟ ਇੰਡੀਅਨ ਪਾਇਲਟ ਪਹਿਲਾ ਭਾਰਤੀ ਪਾਇਲਟ ਕੌਣ ਸੀ ਇਸ ਦੇ ਆਪਸ਼ਨਸ ਹਨ ਅਰਦੇਸ਼ਰ ਗੌਦਰੇਜ ਨੰਬਰ 2 ਜੀ ਆਰ ਡੀ ਟਾਟਾ ਨੰਬਰ 3 ਕਨਸ਼ਾਮ ਦਾਸ ਵਰਲਾ ਨੰਬਰ 4 ਦਾਦਾਬਾਈ ਨਰੋਜੀ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਜੀ ਆਰ ਡੀ ਟਾਟਾ ਜੀ ਆਰ ਡੀ ਟਾਟਾ ਦਾ ਪੂਰਾ ਨਾਮ ਜਹਾਂਗੀਰ ਰਤਨਜੀ ਦਾਦਾਬਾਈ ਹੈ ਸਭ ਤੋਂ ਪਹਿਲਾ ਪਾਇਲਟ ਪਰਸ਼ੋਤਮ ਮੈਗਜੀ ਕਵਾਲੀ ਸੀ ਪਰੰਤੂ ਉਸ ਨੂੰ ਲਾਇਸੈਂਸ ਨਹੀਂ ਮਿਲਿਆ ਸੀ ਸਭ ਤੋਂ ਪਹਿਲਾ ਲਾਇਸੈਂਸ ਹਾਸਲ ਕਰਨ ਵਾਲਾ ਜੀਆਰਡੀ ਟਾਟਾ ਸੀ ਇਸ ਲਈ ਇਸ ਨੂੰ ਹੀ ਸਭ ਤੋਂ ਪਹਿਲਾ ਪਾਇਲਟ ਮੰਨਿਆ ਜਾਂਦਾ ਹੈ ਜੀਆਰਡੀ ਟਾਟਾ ਟਾਟਾ ਗਰੁੱਪ ਨਾਲ ਸੰਬੰਧਿਤ ਹੈ ਕੁਐਸਚਨ ਨੰਬਰ 4 ਵਿਚ ਇਨਸਟਰੂਮੈਂਟ ਇਜ਼ ਯੂਜ਼ ਟੂ ਮੈਜ਼ਰ ਵੈਲੋਸਿਟੀ ਆਫ ਵਾਈਂਡ ਹਵਾ ਦੀ ਗਤੀ ਮਾਪਣ ਲਈ ਕਿਸ ਉਪਕਰਨ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਐਮੀਟਰ ਨੰਬਰ 2 ਬੈਰੋਮੀਟਰ ਨੰਬਰ 3 ਐਨੀਮੋਮੀਟਰ ਨੰਬਰ 4 ਐਕਟੀਨੋਮੀਟਰ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ 3 ਐਨੀਮੋਮੀਟਰ ਇਹਨਾਂ ਵਿੱਚੋਂ ਜਿਹੜਾ অপਸ਼ਨ ਨੰਬਰ 1 ਤੇ ਹੈ ਐਮੀਟਰ ਇਹ ਕਰੰਟ ਨੂੰ ਮਾਪਦਾ ਹੈ ਨੰਬਰ 2 ਤੇ ਬੈਰੋਮੀਟਰ ਇਹ ਐਟਮੋਸਫੇਅਰ ਦੇ ਪ੍ਰੈਸ਼ਰ ਨੂੰ ਮਾਪਦਾ ਹੈ ਅਤੇ ਨੰਬਰ 4 ਤੇ ਐਕਟੀਨੋਮੀਟਰ ਇਹ ਰੇਡੀਏਸ਼ਨ ਦੀ ਇੰਟੈਂਸਿਟੀ ਨੂੰ ਮਾਪਦਾ ਹੈ ਤੁਸੀਂ ਪਿਕਚਰ ਵਿੱਚ ਦੇਖ ਸਕਦੇ ਹੋ ਇਹ ਐਨੀਮੋਮੀਟਰ ਦੀ ਤਸਵੀਰ ਹੈ ਕੁਐਸਚਨ ਨੰਬਰ 5 6 ਮਸ਼ੀਨ ਇਸ ਦਾ ਆਟੋ ਬਾਇਓਗ੍ਰਾਫੀ ਆਫ ਵਿਚ ਫੇਮਸ ਕ੍ਰਿਕਟਰ 6 ਮਸ਼ੀਨ ਕਿਸ ਪ੍ਰਸਿੱਧਰ ਕ੍ਰਿਕਟਰ ਦੀ ਆਤਮਕਥਾ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਕ੍ਰਿਸ ਗੇਲ ਨੰਬਰ 2 ਯੁਵਰਾਜ ਸਿੰਘ ਨੰਬਰ 3 ਵਿੱਕੀ ਪੌਂਟਿੰਗ ਨੰਬਰ 4 ਸੰਤਿਆ ਸੂਰੀਆ 2016 ਦੇ ਇਗਜ਼ਾਮ ਦੌਰਾਨ ਜ਼ਿਆਦਾਤਰ ਸਟੂਡੈਂਟਸ ਦਾ ਇਹ ਕੁਐਸਚਨ ਗਲਤੀ ਕਿਉਂਕਿ ਸਾਰਿਆਂ ਨੇ ਇਹ ਯੁਵਰਾਜ ਸਿੰਘ ਸਮਝਿਆ ਪਰੰਤੂ ਇਸ ਦਾ ਸਹੀ ਉੱਤਰ ਹੈ ਕ੍ਰਿਸ ਗੇਲ ਕ੍ਰਿਸ ਗੇਲ ਪਹਿਲਾ ਜਿਹੜਾ ਵਿਅਕਤੀ ਹੈ ਜਿਸ ਨੇ ਟੈਸਟ ਮੈਚ ਦੀ ਪਹਿਲੀ ਗੇਂਦ ਤੇ ਹੀ ਚਿੱਕਾ ਮਾਰਿਆ ਹੈ ਇਹ ਵੈਸਟ ਇੰਡੀਜ਼ ਟੀਮ ਦਾ ਪਲੇਅਰ ਹੈ ਇਸ ਦੀ ਆਟੋ ਬਾਇਓਗ੍ਰਾਫੀ ਸਿਕਸ ਮਸ਼ੀਨ 2 ਜੂਨ 2016 ਨੂੰ ਪ੍ਰਕਾਸ਼ਿਤ ਹੋਈ ਸੀ ਕੁਐਸਚਨ ਨੰਬਰ 6 ਇੰਗਲਿਸ਼ ਇਜ਼ ਦਾ ਆਫੀਸ਼ੀਅਲ ਲੈਂਗੁਏਜ ਆਫ ਵਿਚ ਸਟੇਟ ਯੂਟੀ ਅੰਗਰੇਜ਼ੀ ਕਿਸ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਰਾਜ ਭਾਸ਼ਾ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਗੋਆ ਨੰਬਰ 2 ਪੰਡਿਚੇਰੀ ਨੰਬਰ 3 ਨਾਗਾਲੈਂਡ ਨੰਬਰ 4 ਤ੍ਰਿਪੁਰਾ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ 3 ਨਾਗਾਲੈਂਡ 1967 ਵਿੱਚ ਇੰਗਲਿਸ਼ ਨਾਗਾਲੈਂਡ ਦੀ ਦਫ਼ਤਰੀ ਭਾਸ਼ਾ ਬਣੀ ਸੀ ਇਸ ਤੋਂ ਇਲਾਵਾ ਇੱਥੇ ਨੈਗਾ ਮੀਨਸ ਬੋਲੀ ਜਾਂਦੀ ਹੈ ਨਾਗਾਲੈਂਡ ਤੋਂ ਇਲਾਵਾ ਮਨੀਪੁਰ ਮੇਗਾਲਿਆ ਅਤੇ ਮੇਜ਼ਰਾਮ ਵਿੱਚ ਵੀ ਇੰਗਲਿਸ਼ ਨੂੰ ਦੂਜੀ ਦਫ਼ਤਰੀ ਭਾਸ਼ਾ ਵਜੋਂ ਵਰਤਿਆ ਜਾਂਦਾ ਹੈ ਕੁਐਸਚਨ ਨੰਬਰ 7 ਹੂ ਸਟਾਰਟਡ ਦਾ ਚਿਪਕੋ ਮੂਵਮੈਂਟ ਇਨ ਇੰਡੀਆ ਭਾਰਤ ਵਿੱਚ ਚਿਪਕੋ ਅੰਦੋਲਨ ਕਿਸ ਨੇ ਆਰੰਭ ਕੀਤਾ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਹੇਮਵਤੀ ਨੰਦਨ ਬਹੂਗਣਾ ਨੰਬਰ 2 ਸੁੰਦਰਾਲਲ ਬਹੂਗਣਾ ਨੰਬਰ 3 ਸੁੰਦਰਾਲਲ ਦੇਸ਼ਮੁਖ ਨੰਬਰ 4 ਹੇਮਵਤੀ ਦੇਸ਼ਮੁਖ ਇਸ ਦਾ ਸਹੀ ਉੱਤਰ ਦੱਸੋ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ 2 ਸੁੰਦਰਾਲਲ ਬਹੂਗਣਾ ਸੁੰਦਰਾਲਲ ਬਹੂਗਣਾ ਨੇ ਸਾਰੀ ਉਮਰ ਵਾਤਾਵਰਨ ਨੂੰ ਬਚਾਉਣ ਉੱਤੇ ਲਾ ਦਿੱਤੀ ਅਤੇ ਉਸ ਅਨੁਸਾਰ ਇਕੋਲੋਜੀ ਇਸ ਪਰਮਨੈਂਟ ਇਕਨੋਮੀ ਹੈ ਇਕੋਲੋਜੀ ਇਸ ਪਰਮਨੈਂਟ ਇਕਨੋਮੀ ਇਹ ਉਸ ਦੇ ਕਹੇ ਸ਼ਬਦ ਹਨ ਇਨ੍ਹਾਂ ਸ਼ਬਦਾਂ ਤੋਂ ਭਾਵ ਅਰਥਵਿਵਸਤਾ ਤੋਂ ਜ਼ਰੂਰੀ ਸਾਨੂੰ ਸਾਡਾ ਵਾਤਾਵਰਣ ਹੈ। ਕੁਐਸਚਨ ਨੰਬਰ 9 ਮਦਰ ਟੇਰੇਸਾ ਹੂ ਇਜ਼ ਕਰੋਨੇਟਡ ਵਿਦ ਦਾ ਟਾਈਟਲ ਸੇਡ originally belong to which country? ਮਦਰ ਟੇਰੇਸਾ ਜਿਨ੍ਹਾਂ ਨੂੰ ਸੰਤ ਦੀ ਪਦਵੀ ਨਾਲ ਨਿਵਾਜਿਆ ਗਿਆ ਹੈ, ਮੂਲ ਰੂਪ ਵਿੱਚ ਕਿਸ ਦੇਸ਼ ਨਾਲ ਸੰਬੰਧਿਤ ਹਨ? ਇਸ ਦੇ ਆਪਸ਼ਨਸ ਹਨ ਨੰਬਰ 1 ਬੈਲਜੀਅਮ, ਨੰਬਰ 2 ਵੈਨਜੂਏਲਾ, ਨੰਬਰ 3 ਅਲਬਾਨੀਆ, ਨੰਬਰ 4 ਰੋਮਾਨੀਆ। ਦੱਸੋ ਇਸ ਦਾ ਸਹੀ ਉੱਤਰ ਕੀ ਹੈ? ਇਸ ਦਾ ਸਹੀ ਉੱਤਰ ਹੈ ਵੈਨਜ਼ੂਏਲਾ ਮਦਰ ਟੇਰੈਸਾ मूल रूप ਵਿੱਚ ਵੈਨਜ਼ੂਏਲਾ ਦੇਸ਼ ਨਾਲ ਸੰਬੰਧਿਤ ਸੀ ਮਦਰ ਟੇਰੈਸਾ 크੍ਰਿਸਚੀਅਨ ਸਮਾਜ ਨਾਲ ਸੰਬੰਧਿਤ ਸੀ ਇਹ ਸਮਾਜ ਭਲਾਈ ਦੇ ਕੰਮ ਕਰਦੀ ਸੀ ਬਿਮਾਰ ਲੋਕਾਂ ਨੂੰ ਰਹਿਣ ਵਸੇਰਾ ਬਣਾ ਕੇ ਦਿੰਦੀ ਸੀ ਇਸ ਨੂੰ ਨੋਬਲ ਅਤੇ ਰਮਨ ਮੈਗਸੇਸੇ ਅਵਾਰਡ ਵੀ ਮਿਲਿਆ ਹੈ ਬਹੁਤ ਸਾਰੇ ਸਮਝਦੇ ਹੋਣਗੇ ਕਿ ਇਸ ਦਾ मूल ਰੂਪ ਦੇਸ਼ ਭਾਰਤ ਹੈ ਪਰੰਤੂ ਇਹ ਸਹੀ ਨਹੀਂ ਹੈ ਇਹ ਵੈਨਜ਼ੂਏਲਾ ਦੇਸ਼ ਨਾਲ ਸੰਬੰਧਿਤ ਸੀ ਅਤੇ ਉਸ ਤੋਂ ਬਾਅਦ ਇਹ ਭਾਰਤ ਆ ਗਈ ਸੀ ਹਰੇਕ ਕੁਐਸਚਨ ਦੇ ਆਨਸਰ ਵਿੱਚ ਉਸ ਦੇ ਫੈਕਟਸ ਅਤੇ ਉਸ ਦੀ ਤਸਵੀਰ ਦਿਖਾਉਣ ਦਾ ਸਿਰਫ ਇੰਨਾ ਹੀ ਮਕਸਦ ਹੈ ਤਾਂ ਕਿ ਇਹ ਆਨਸਰ ਤੁਹਾਡੇ ਦਿਮਾਗ ਵਿੱਚ ਚੰਗੀ ਤਰ੍ਹਾਂ ਰਹਿ ਜਾਵੇ ਕਿਉਂਕਿ ਕਈ ਵਾਰੀ ਆਪਾਂ ਬੁੱਕਸ ਵਿੱਚੋਂ ਜੋ ਕੁਐਸਚਨ ਆਨਸਰ ਪੜ੍ਹਦੇ ਹਾਂ ਉਹ ਆਪਣੇ ਦਿਮਾਗ ਤੋਂ ਨਿਕਲ ਜਾਂਦੇ ਹਨ ਪਰੰਤੂ ਜਦੋਂ ਅਸੀਂ ਕਿਸੇ ਆਨਸਰ ਦੀ ਤਸਵੀਰ ਦੇਖ ਲੈਂਦੇ ਹਾਂ ਉਹ ਸਾਡੇ ਦਿਮਾਗ ਵਿੱਚ ਬਣੀ ਰਹਿੰਦੀ ਹੈ ਇਸ ਨਾਲ ਸਾਨੂੰ ਉਸ ਨੂੰ ਯਾਦ ਰੱਖਣ ਵਿੱਚ ਆਸਾਨੀ ਹੁੰਦੀ ਹੈ ਅਗਲਾ ਕੁਐਸਚਨ ਇਨ ਵਿਚ ਇਅਰ ਵਾਸ ਦਾ ਗਾਂਧੀ ਇਵਨ ਪੈਕਟ ਸਾਈਨਡ ਗਾਂਧੀ-ਇਰਵਿਨ ਪੈਕਟ ਕਿਸ ਸਾਲ ਇਸ ਦੇ ਆਪਸ਼ਨਸ ਹਨ ਨੰਬਰ 1 1913 ਨੰਬਰ 2 1921 ਨੰਬਰ 3 1929 ਨੰਬਰ 4 1931 ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ 4 1931 ਗਾਂਧੀ-ਇਰਵਿਨ ਪੈਕਟ 5 ਮਾਰਚ 1931 ਨੂੰ ਹੋਇਆ ਸੀ ਇਹ ਮਹਾਤਮਾ ਗਾਂਧੀ ਅਤੇ ਲਾਰਡ ਇਰਵਿਨ ਦੇ ਵਿਚਕਾਰ ਹੋਇਆ ਸੀ ਇਸ ਤੋਂ ਬਾਅਦ ਮਹਾਤਮਾ ਗਾਂਧੀ ਨੇ ਆਪਣੀ ਸਾਲਟ ਮਾਰਚ ਨੂੰ ਖਤਮ ਕਰ ਦਿੱਤਾ ਸੀ ਇਸ ਪੈਕ ਤੋਂ ਬਾਅਦ ਮਹਾਤਮਾ ਗਾਂਧੀ ਨੇ ਆਪਣੇ ਸਾਰੇ ਸਾਥੀ ਜਿਹੜੇ ਕਿ ਜੇਲ੍ਹਾਂ ਵਿੱਚ ਬੰਦ ਸਨ ਨੌਨ ਵਾਇਲੈਂਸ ਸੀਗੇ ਉਹਨਾਂ ਨੂੰ ਛਡਵਾ ਲਿਆ ਸੀ ਵਾਟ ਇਜ਼ ਦਾ ਆਉਟਪੁੱਟ ਆਫ ਅ ਫੁੱਲ ਐਡਰ ਦੈਟ ਐਡਸ ਟੂ ਬਿਟਸ ਐਂਡ ਅ ਕੈਰੀ ਇੱਕ ਪੂਰਨ ਐਡਰ ਦਾ ਸਿੱਟਾ ਕੀ ਹੈ ਜਿਹੜਾ ਕਿ ਟੂ ਬਿਟਸ ਅਤੇ ਇੱਕ ਕੈਰੀ ਨੂੰ ਜੋੜਦਾ ਹੈ ਤੁਹਾਡੇ ਆਪਸ਼ਨਸ ਹਨ ਨੰਬਰ 1 ਆ ਸਮ ਬਿਟ ਐਂਡ ਅ ਕੈਰੀ ਬਿਟ ਨੰਬਰ 2 ਆ ਸਮ ਬਿਟ ओनली नंबर थ्री टू समिट एंड अ कैरीबिट नंबर फोर नन ऑफ दीज दसो इसका सही उत्तर की है इसका सही उत्तर है ऑप्शन नंबर एक ए सम बिट एंड अबिट अगला क्वेश्चन विच टॉपोलॉजी इज बेस्ट सुटेड फॉर अ नेटवर्क दैट डज नॉट हैव हब एक नैटवर्क जिसकी कोई हब नहीं होंगी इसलिए सब तो ढुकबा शब्द की है इस ऑप्शन नंबर एक रिंग ਨੰਬਰ 2 ਬਸ ਨੰਬਰ 3 ਸਟਾਰ ਨੰਬਰ 4 ਮੈਸ ਅਤੇ ਇਸ ਦਾ ਸਹੀ ਉੱਤਰ ਹੈ ਨੰਬਰ 1 ਰਿੰਗ ਟਪੋਲੋਜੀ ਅਗਲਾ ਕੁਐਸਚਨ ਆ ਰਾਜ ਪ੍ਰੋਗਰਾਮ ਇਸ ਬ੍ਰੋਕਨ ਡਾਊਨ ਇਨਟੂ ਮੋਡਿਊਲਸ ਇਨ ਵਿਚ ਆਫ ਦਾ ਫੋਲੋਇੰਗ ਫੇਸਸ ਹੇਠ ਦਿੱਤੇਆਂ ਵਿੱਚੋਂ ਕਿਹੜੇ ਫੇਜ਼ ਵਿੱਚ ਇੱਕ ਵੱਡੇ ਪ੍ਰੋਗਰਾਮ ਨੂੰ ਮੋਡਿਊਲਸ ਵਿੱਚ ਤੋੜਿਆ ਜਾਂਦਾ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਰਿਕੁਆਇਰਮੈਂਟ ਐਨਾਲਿਸਿਸ ਨੰਬਰ 2 ਡਿਜ਼ਾਈਨ ਨੰਬਰ 3 ਡਿਵੈਲਪਮੈਂਟ ਨੰਬਰ 4 ਡਿਪਲॉयਮੈਂਟ ਅਤੇ ਇਸ ਦਾ ਸਹੀ ਉੱਤਰ ਹੈ ਨੰਬਰ 2 ਡਿਜ਼ਾਈਨ ਅਗਲਾ ਕੁਐਸਚਨ ਇਨ ਸੀ ਪ੍ਰੋਗਰਾਮ ਅ ਫੰਕਸ਼ਨ ਕੈਨ ਰਿਟਰਨ ਸੀ ਪ੍ਰੋਗਰਾਮ ਵਿੱਚ ਇੱਕ ਫੰਕਸ਼ਨ ਕੀ ਵਾਪਸ ਕਰਦਾ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਡਬਲ ਵੈਲਿਊ ਨੰਬਰ 2 ਸਿੰਗਲ ਵੈਲਿਊ ਨੰਬਰ 3 ਐਜ਼ ਮਨੀ ਐਜ਼ ਵੈਲਿਊਜ਼ ਨੰਬਰ 4 ਨੋ ਵੈਲਿਊ ਅਤੇ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਬੀ ਸਿੰਗਲ ਵੈਲਿਊ ਅਗਲਾ ਕੁਐਸਚਨ द सी पी यू नीयरली डिज इट्स ऑपरेशन फॉर वन मेमोरी साइकिल टू अलाउ डायरेक्ट मेमोरी इनपुट आउटपुट ट्रांसफर दिस प्रोसेस इज कॉल्ड एज इस ऑन नंबर एक साइकिल वेटिंग नंबर दो साइकिल बस्ट नंबर तीन साइकिल स्टीलिंग नंबर चार बस ट्रांसफर द सही उत्तर है ऑप्शन नंबर सी साइकिल स्टीलिंग इन सी लैंग्वेज आ यूनियन मैंबर वेरीएबल इस जनरी एक्सीज यूजिंग द इस दप्शनजन नंबर एक कॉम ऑपरेटर नंबर दो अडरस ऑपरेटर नंबर तीन डॉट ऑपरेटर नंबर चार टर्नरी ओपरेटर इस ऑप्शन नंबर तीन डॉट ऑपरेटर अगला क्वेश्चन फिच वन इज़ द यूनीवर्सल गेट इस ऑप्शनजन नंबर एक ऑर गेट नंबर बी एक्सोर गेट नंबर सी नॉर गेट नंबर डी एंड गेट ਅਤੇ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ ਸੀ ਨਾਰਗੇਟ ਸਿਲਵਿਕਲਚਰ ਕਨਸਰਨਡ ਵਿਦ ਸਿਲਵਿਕਲਚਰ ਕਿਸ ਨਾਲ ਸੰਬੰਧਿਤ ਹੈ ਇਸ ਦੇ অপਸ਼ਨਸ ਹਨ ਨੰਬਰ 1 ਵੈਜੀਟੇਬਲ ਪਲਾਂਟੇਸ਼ਨ ਸਬਜ਼ੀਆਂ ਦੀ ਖੇਤੀ ਨਾਲ ਨੰਬਰ 2 ਰੀਅਰਿੰਗ ਸਿਲਕਵਾਰਮਸ ਰੇਸ਼ਮ ਦੇ ਕੀੜੇ ਪਾਲਣ ਨਾਲ ਨੰਬਰ 3 ਫੋਰੈਸਟਰੀ ਵਣ ਵਿਗਿਆਨ ਨਾਲ ਨੰਬਰ 4 ਇੰਟਰਕ੍ਰੋਪਿੰਗ ਇਨ ਆਚਰਡਸ ਵਾਗਾਂ ਵਿੱਚ ਇੰਟਰਕ੍ਰੋਪਿੰਗ ਨਾਲ ਅਤੇ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ 3 ਫੋਰੈਸਟਰੀ ਵਣ ਵਿਗਿਆਨ ਨਾਲ ਅਗਲਾ ਕੁਐਸਚਨ ਵਿਚ ਕ੍ਰੌਪ ਇਜ਼ ਅ ਪਲਸ ਐਸ ਵੈਲ ਐਜ਼ ਐਨ ਆਇਲ ਸੀਡ ਕ੍ਰੌਪ ਕਿਹੜੀ ਫਸਲ ਇੱਕ ਦਾਲ ਅਤੇ ਇੱਕ ਤੇਲ ਬੀਜ ਫਸਲ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਕਾਪੀ ਨੰਬਰ 2 ਲੈਂਟਿਲ ਨੰਬਰ 3 ਅਰਹਰ ਨੰਬਰ 4 ਸੋਇਆਬੀਨ ਅਤੇ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ 3 ਅਰਹਰ ਅਗਲਾ ਕੁਐਸਚਨ ਵਿਚ ਹਾਰਮੋਨ ਇਜ਼ ਰਿਸਪੌਂਸੀਬਲ ਫਾਰ ਰਿਪੇਨਿੰਗ ਆਫ ਫਰੂਟਸ ਫਲਾਂ ਦੇ ਪੱਕਣ ਲਈ ਕਿਹੜਾ ਹਾਰਮੋਨ ਜ਼ਿੰਮੇਵਾਰ ਹੈ ਆਪਸ਼ਨ ਨੰਬਰ 1 GA3 ਆਪਸ਼ਨ ਨੰਬਰ 2 ਸਾਈਟੋਕਨਿਨ ਆਪਸ਼ਨ ਨੰਬਰ 3 ਇਥਰੋਲ ਆਪਸ਼ਨ ਨੰਬਰ 4 ਆਕਸਿਨ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ 3 ਇਥਰੋਲ ਅਗਲਾ ਕੁਐਸਚਨ ਗ੍ਰੀਨ ਰੈਵੋਲੂਸ਼ਨ ਹੈਜ਼ ਬੀਨ ਮੋਸਟ ਸਕਸੈਸਫੁਲ ਇਨ ਰੋਟੇਸ਼ਨ ਇਸ ਚੱਕਰ ਵਿੱਚ ਹਰੀ ਕ੍ਰਾਂਤੀ ਸਭ ਤੋਂ ਵੱਧ ਸਫਲ ਰਹੀ ਹੈ ਇਸ ਦੇ ਆਪਸ਼ਨਸ ਹਨ ਨੰਬਰ 1 wheat and potato ਕਣਕ ਤੇ ਆਲੂ ਆਪਸ਼ਨ ਨੰਬਰ 2 barley and rice ਜੌਂ ਤੇ ਚਾਵਲ ਆਪਸ਼ਨ ਨੰਬਰ 3 tea and coffee ਆਪਸ਼ਨ ਨੰਬਰ 4 wheat and rice ਕਣਕ ਤੇ ਚਾਵਲ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ 4 ਕਣਕ ਤੇ ਚਾਵਲ ਅਗਲਾ ਕੁਐਸਚਨ ਦਾ वेजिटेबल हैविंग मैक्सिमम मॉइस्चर कंटेंट ਸਭ ਤੋਂ ਵੱਧ ਨਮੀ ਮਾਤਰਾ ਵਾਲੀ ਸਬਜੀ ਕਿਹੜੀ ਹੈ ਇਸ ਦੇ অপਸ਼ਨਸ ਹਨ ਨੰਬਰ 1 ਐਸ਼ ਗਾਉਡ ਕद्दू ਨੰਬਰ 2 ਮਸਕਮੈਲਨ ਖਰਬੂਜਾ ਨੰਬਰ 3 ਵਾਟਰਮੈਲਨ ਤਰਬੂਜ ਨੰਬਰ 4 ਅਤੇ ਇਸ ਦਾ ਸਹੀ ਉੱਤਰ ਹੈ ਕद्दू ਕद्दू ਸਬਜੀ ਵਿੱਚ ਸਭ ਤੋਂ ਜ਼ਿਆਦਾ ਨਮੀ ਹੁੰਦੀ ਹੈ ਅਗਲਾ ਕੁਐਸਚਨ ਸੋਇਲ ਮੌਇਸਚਰ ਇਜ਼ ਮੈਜ਼ਰਡ ਬਾਈ ਮਿੱਟੀ ਦੀ ਨਮੀ ਕਿਵੇਂ ਮਾਪੀ ਜਾਂਦੀ ਹੈ ऑप्शन नंबर एक पोटोमीटर द्वारा नंबर दो हाइड्रोमीटर द्वारा नंबर तीन टेंसियोमीटर द्वारा नंबर चार रेनगॉज द्वारा इसका सही आंसर है ऑप्शन नंबर सी टेंशियोमीटर द्वारा ईदी नमी टेंशिओमीटर द्वारा मापी जाती है अगला क्वेश्चन विच फ्रूट प्लांट प्लान इन द समर सीजन वैन इट शैड लीव्स के फल ਪੌਦਾ ਗਰਮੀਆਂ ਵਿੱਚ ਛਾਂਗਿਆ ਜਾਂਦਾ ਹੈ ਜਦੋਂ ਇਹ ਆਪਣੇ ਪੱਤੇ ਛਾੜਦਾ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਆਮਲਾ ਨੰਬਰ 2 ਅਨਾਰ ਨੰਬਰ 3 ਬੇਰ ਜਾਂ ਨੰਬਰ 4 ਕੀਵੀ ਫਲ ਇਸ ਕੁਐਸਚਨ ਦਾ ਆਨਸਰ ਤੁਸੀਂ ਖੁਦ ਦੱਸਣਾ ਹੈ ਇਸ ਦਾ ਆਨਸਰ ਕਮੈਂਟ ਕਰਕੇ ਦੱਸੋ ਕਿ ਇਸ ਦਾ ਸਹੀ ਆਨਸਰ ਕੀ ਹੈ ਅਗਲਾ ਕੁਐਸਚਨ ਵਿਚ ਆਫ ਦਾ ਫੋਲੋਇੰਗ ਫਰੂਟ ਇਜ਼ ਅ ਰਿਚ ਸੋਰਸ ਆਫ ਆਇਰਨ ਹੇਠ ਦਿੱਤੇ ਵਿੱਚੋਂ ਕਿਹੜੇ ਫਲ ਲੋਹੇ ਦਾ ਅਮੀਰ ਸੋਮਾ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਮੈਂਗੋ ਅੰਬ ਨੰਬਰ 2 ਡੇਟ ਪਾਮ ਖਜੂਰ ਨੰਬਰ 3 ਕਰੋੰਡਾ ਨੰਬਰ 4 ਐਪਲ ਸੇਬ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ 2 ਖਜੂਰ ਜਿਹੜਾ ਖਜੂਰ ਹੈ ਉਹ ਲੋਹੇ ਦਾ ਸਭ ਤੋਂ ਅਮੀਰ ਸੋਮਾ ਹੈ ਫਲਾਂ ਵਿੱਚ ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਜ਼ਿੰਕ ਆਦਿ ਸਾਲਟ ਵੀ ਮੌਜੂਦ ਹੁੰਦੇ ਹਨ ਅਗਲਾ ਕੁਐਸਚਨ ਸ਼ਬਦ ਨੈਕ੍ਰੋਸਿਸ ਕੀ ਦਰਸਾਉਂਦਾ ਹੈ ਇਸ ਦੇ অপਸ਼ਨਸ ਹਨ ਕੁੰ ਟੇਲੇ ਪੈਣਾ ਨੰਬਰ 2 ਸੋਕਾ ਨੰਬਰ 3 ਸੈਲਾਂ ਦਾ ਮਰਿਤ ਹੋਣਾ ਜਾਂ ਨੰਬਰ 4 ਬ੍ਰਾਈਟਨਿੰਗ ਤੁਸੀਂ ਦੇਖ ਰਹੇ ਹੋਵਗੇ ਕਿ ਇਹ ਬਹੁਤ ਹੀ ਡਿਫਿਕਲਟ ਜਿਹਾ ਕੁਐਸਚਨ ਹੈ ਪਰੰਤੂ ਕੀ ਕਰ ਸਕਦੇ ਹਾਂ ਇਹ ਸੇਮ ਕੁਐਸਚਨ ਹੀ ਐਗਜ਼ਾਮ ਵਿੱਚ ਆਏ ਸਨ ਇਸ ਲਈ ਇਹਨਾਂ ਨੂੰ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕੁਐਸਚਨ ਦਾ ਸਹੀ ਆਨਸਰ অপਸ਼ਨ ਨੰਬਰ 3 ਹੈ ਡੈਥ ਆਫ ਸੈਲਸ ਸੈਲਾਂ ਦਾ ਮਰਿਤ ਹੋਣਾ ਇਹ ਕਿਸੇ ਬਿਮਾਰੀ ਜਾਂ ਸੱਟ ਕਾਰਨ ਹੋ ਸਕਦਾ ਹੈ अगला क्वेश्चन आलू की है इस दप्शनज नंबर एक मॉडिफाइड स्टेम संशोधित तना नंबर दो मॉडिफाइड लीफ संशोधित पत्ता नंबर तीन मॉडिफाइड रूट संशोधित जड़ नंबर चार मॉडिफाइड बल्ब संशोधित बल्ब थोन तो बहुत सारे इसका आंसर जड़ लगेगा परंतु इसका सही आंसर है ऑप्शन नंबर एक संशोधित तना अगला क्वेश्चन हु इज़ द ऑथर ऑफ युग बदल गया युग बदल गया लेखक कौन है ਇਸ ਦੇ ਆਪਸ਼ਨਸ ਹਨ ਨੰਬਰ 1 ਸੋਹਣ ਸਿੰਘ ਸੀਤਲ ਨੰਬਰ 2 ਕਰਤਾਰ ਸਿੰਘ ਦੁੱੱਬੜ ਨੰਬਰ 3 ਗੁਰਦੇਵਾਲ ਸਿੰਘ ਨੰਬਰ 4 ਸੁਰਜੀਤ ਸਿੰਘ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ 1 ਸੋਹਣ ਸਿੰਘ ਸੀਤਲ ਅਗਲਾ ਕੁਐਸਚਨ ਦ ਸਿਟੀ ਆਫ ਹੜੱਪਾ ਇਸ ਸਿਚੁਏਟਿਡ ਔਨ ਦਾ ਵੈਂਕ ਆਫ ਹੜੱਪਾ ਸ਼ਹਿਰ ਕਿਸ ਨਦੀ ਦੇ ਕੰਢੇ ਹੈ ਇਸ ਦੇ ਆਪਸ਼ਨਸ ਹਨ ਨੰਬਰ 1 ਸਤਲੁਜ ਨੰਬਰ 2 ਰਾਵੀ ਨੰਬਰ 3 ਬਿਆਸ ਨੰਬਰ 4 ਜੇਹਲਮ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ 1 ਸਤਲੁਜ ਹੜੱਪਾ ਸ਼ਹਿਰ ਸਤਲੁਜ ਨਦੀ ਦੇ ਕੰਢੇ ਸਥਿਤ ਸੀ ਅਗਲਾ ਕੁਐਸਚਨ ਆਦ ਗ੍ਰੰਥ ਨੂੰ ਹਰਮੰਦਰ ਸਾਹਿਬ ਵਿੱਚ ਕਦੋਂ ਸਥਾਪਿਤ ਕੀਤਾ ਗਿਆ ਸੀ ਇਸ ਦੇ অপਸ਼ਨਸ ਹਨ ਨੰਬਰ 1 ਏਡੀ 1599 ਨੰਬਰ 2 ਏਡੀ 1590 ਨੰਬਰ 3 ਏਡੀ 1604 ਨੰਬਰ 4 ਏਡੀ 1606 ਇਸ ਦਾ ਸਹੀ ਉੱਤਰ ਇਸ ਦਾ ਸਹੀ ਉੱਤਰ ਹੈ ਨੰਬਰ ਸੀ ਏਡੀ 1604 1604 ਵਿੱਚ ਹਰਮੰਦਰ ਸਾਹਿਬ ਦੀ ਕੰਸਟ੍ਰਕਸ਼ਨ ਪੂਰੀ ਹੋਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਨੂੰ ਹਰਮੰਦਰ ਸਾਹਿਬ ਵਿਕੇ ਸਥਾਪਿਤ ਕੀਤਾ ਸੀ। ਅਗਲਾ ਕੁਐਸਚਨ ਵਿਚ ਸਿਟੀ ਵਾਸ ਨਾਟ ਆ ਪਾਰਟ ਆਫ ਦਾ ਫਰਸਟ ਐਂਗਲੋ ਸਿੱਖ ਵਾਰ। ਕਿਹੜਾ ਸ਼ਹਿਰ ਪਹਿਲੇ ਐਂਗਲੋ ਸਿੱਖ ਯੁੱਧ ਦਾ ਹਿੱਸਾ ਨਹੀਂ ਸੀ? ਇਸ ਦੇ ਆਪਸ਼ਨਸ ਹਨ ਨੰਬਰ 1 ਚਿੱਲਿਆਂਵਾਲਾ, ਨੰਬਰ 2 ਮੁੱਦਕੀ, ਨੰਬਰ 3 ਅਲੀਵਾਲ, ਨੰਬਰ 4 ਸੁਭਰਾਓ। ਪਹਿਲਾ ਐਂਗਲੋ ਸਿੱਖ ਯੁੱਧ 45 ਤੋਂ 46 ਵਿੱਚ ਹੋਇਆ ਸੀ ਅਤੇ ਦੂਜਾ ਐਂਗਲੋ ਸਿੱਖ ਯੁੱਧ 1847 ਤੋਂ 49 ਵਿੱਚ ਹੋਇਆ ਸੀ ਇਸ ਕੁਐਸਚਨ ਦਾ ਸਹੀ ਆਨਸਰ ਹੈ অপਸ਼ਨ ਨੰਬਰ 1 ਚਿਲਿਆਵਾਲਾ ਚਿਲਿਆਵਾਲਾ ਪਹਿਲੇ ਐਂਗਲੋ ਸਿੱਖ ਯੁੱਧ ਦਾ ਹਿੱਸਾ ਨਹੀਂ ਸੀ ਅਗਲਾ ਕੁਐਸਚਨ ਵਿਚ ਪਾਰਟੀ ਕਰਤਾਰ ਸਿੰਘ ਸਰਾਬਾ ਬਿਲੋਂਗ ਟੂ ਕਰਤਾਰ ਸਿੰਘ ਸਾਹਾਬਾ ਕਿਸ ਪਾਰਟੀ ਨਾਲ ਸੰਬੰਧਿਤ ਸੀ ਇਸ ਦੇ অপਸ਼ਨਸ ਆਨ ਨੰਬਰ 1 ਕਮਿਊਨਿਸਟ ਪਾਰਟੀ ਨੰਬਰ 2 ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਨੰਬਰ 3 ਸ਼੍ਰੋਮਣੀ ਅਕਾਲੀ ਦਲ ਪਾਰਟੀ ਨੰਬਰ 4 ਗਦਰ ਪਾਰਟੀ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ ਡੀ ਗਦਰ ਪਾਰਟੀ ਕਰਤਾਰ ਸਿੰਘ ਸਰਾਭਾ ਜਿਹੜੇ ਉਹ 15 ਸਾਲ ਦੀ ਉੱਚ ਗਦਰ ਪਾਰਟੀ ਨਾਲ ਜੁੜ ਗਏ ਸਨ 19 ਸਾਲ ਦੀ ਉੱਪਰ ਵਿੱਚ ਉਹਨਾਂ ਨੂੰ ਫਾਂਸੀ ਹੋ ਗਈ ਸੀ ਅਤੇ ਸ਼ਹੀਦ ਭਗਤ ਸਿੰਘ ਦੇ ਇਹ ਆਈਡੀਆਸ ਹਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਪੰਜਾਬ ਪਟਵਾਰੀ ਦੀ ਤਿਆਰੀ ਮੈਥ ਅਕਾਊਂਟਸ ਦੇ ਇਮਨਸੂਰੇਸ਼ਨ ਦੇ ਸਾਰੇ ਟੌਪਿਕ ਕਵਰ ਕਰਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਵਾ ਲਿਓ ਇਹ ਜਿਹੜਾ ਸਾਰਾ ਕੋਰਸ ਹੈ ਫ੍ਰੀ ਹੋਵੇਗਾ ਇਸ ਤੋਂ ਇਲਾਵਾ ਇਸ ਸੰਬੰਧੀ ਹੋਰ ਇਨਫੋਰਮੇਸ਼ਨ ਲਈ ਤੁਸੀਂ ਸਾਡੇ ਚੈਨਲ ਟੈਲੀਗ੍ਰam ਅਤੇ ਇੰਸਟਾਗ੍ਰam ਜੁਆਇਨ ਕਰ ਸਕਦੇ ਹੋ ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਧੰਨਵਾਦ